असी भी यही बेनती करके आए हाँ कि किसान भी जिहड़े ने किसान दे नाल जुड़े हुए लोग चाहे मजदूर है चाहे मिलर है चाहे आड़ती ने चाहे दुकानदार ने चाहे बिजनेसमैन है जिन्हां दे कारण पंजाब दी इकोनमी चल रही है वह भी अपनी दिवाली अच्छी तरह मना सकन। इसलिए ये टाइम जिहड़ा है किसानां दा वह धरने ते बैठन दा नहीं है, कृपा करके उन्हां दीआं मंगां नूं मनदे हुए पैड़ी पंजाब सरकार उठा के जिहड़ी है उन्हां नूं राहत देवे और वह धरने की बजाय अपनी मंडी जाके पैड़ी बेच के अपने बच्चों के नाल जिहड़ी है वह शॉपिंग कर सकन। केंद्र सरकार ने अपना फर्ज पूरा करता है, केंद्र सरकार ने 44,000 करोड़ रुपया जिहड़ा है वह ऑलरेडी इन एडवांस जिहड़ा पीरियड हुंदा पैड़ी की मिलिंग का उस तो पहला पैड़ी उठाण का उस तो पहला दे चुके ने। यह जिम्मेवारी सी सरकार की पंजाब सरकार की कि उस पैसे दे नाल जिहड़ियां अरेंजमेंट हुंदे ने मंडी का अरेंजमेंट है बारदाने का अरेंजमेंट है परचेज का अरेंजमेंट है वह ये कर दे। अज इस समय यह नहीं है कि मैं उहदा कसूर उहदा कसूर, अज समय है एक्शन लैण दा। एक सरकार जिहड़ा अपना फर्ज पूरा कर रही है तो राज सरकार जिहड़ा है जिहड़ा मेन काम है वह उसनों पूरा नहीं कर रही। अज गवर्नर साहब नूं मिलके रिक्वेस्ट करके आए हाँ कि तुसी अपना गुड ऑफिस यूज करके कोई समत्या पाओ इन्हां दे दिमाग च कि यह जल्दी तो जल्दी किसानां दा जिहड़ा है पैड़ी उठावे। दूजी गल तुसी देखी होनी है यह एक फैसटिवल हुंदा जिहड़ी पैड़ी जदों आउंदी ना मंडियां च ਤੁਸੀਂ ਸਾਰੇ ਕਵਰ ਕਰਦੇ ਇੱਕ ਫੈਸਟੀਵਲ ਹੁੰਦਾ। ਸਰਕਾਰ ਦੇ ਲੋਕ ਜਿਹੜੇ ਨੇ ਉਹ ਜਾ ਕੇ ਮੰਡੀਆਂ ਦੇ ਦੌਰੇ ਕਰਦੇ ਨੇ ਅਰੇਂਜਮੈਂਟ ਦੇਖਦੇ ਨੇ ਤੁਸੀਂ ਉਹਦੇ ਕਵਰ ਕਰਦੇ ਹੋ। ਲੇਕਿਨ ਇਸ ਸਰਕਾਰ ਨੇ ਤਾਂ ਇੰਨੀ ਵੀ ਹਿੰਮਤ ਨਹੀਂ ਕੀਤੀ ਕਿ ਉਹ ਮੰਡੀਆਂ ਜਾ ਕੇ ਲੋਕਾਂ ਦੀ ਕਿਸਾਨਾਂ ਦੀ ਹਾਲਤ ਜਾ ਕੇ ਪੁੱਛੇ, ਕਿਉਂਕਿ ਇਹਨਾਂ ਨੇ ਉਹਨਾਂ ਵਾਸਤੇ ਕੀਤਾ ਹੀ ਕੁਛ ਨਹੀਂ ਸੀ, ਇਸ ਕਰਕੇ ਜਾਂਦੇ ਵੀ ਕਿਸ ਉਹਦੇ ਨਾਲ। ਤੋ ਤੁਹਾਡੇ ਲਈ ਮੈਂ ਇੱਕ ਬੇਨਤੀ ਹੈ ਤੁਹਾਡੇ ਵੱਲ ਤੁਹਾਡੇ ਰਾਹੀਂ ਮੈਂ ਕਰ ਰਿਹਾ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਇਸ ਪੈੜੀ ਨੂੰ ਉਠਾਇਆ ਜਾਵੇ ਔਰ ਕਿਸਾਨ ਨੇ ਕਿਉਂਕਿ ਅਗਲੀ ਫੀਸ ਫਸਲ ਵੀ ਬੀਜਣੀ ਹੈ ਇਹ ਤਾਂ ਉਹ ਵੀ ਸਾਈਕਲ ਜਿਹੜਾ ਹੈ ਉਹ ਖਰਾਬ ਹੋਏਗਾ, ਇਕਨੋਮਿਕ ਸਾਈਕਲ ਵੀ ਖਰਾਬ ਹੋਏਗਾ ਔਰ ਫਸਲ ਬੀਜਣ ਦਾ ਸਾਈਕਲ ਵੀ ਖਰਾਬ ਹੋਏਗਾ। ਜਿੰਨਾ ਚਿਰ ਇਹ ਫਸਲ ਨਹੀਂ ਉੱਠੇਗੀ ਉਨਾ ਚਿਰ ਕਿਸਾਨ ਜਿਹੜਾ ਹੈ ਦੁਬਾਰੀ ਤਿਆਰੀ ਨਹੀਂ ਕਰੇਗਾ। ਮੈਂ ਇੱਕ ਸਿਰਫ ਐਗਜ਼ਾਮਪਲ ਦੇਣੀ ਹੈ, ਮੈਂ ਪਹਿਲੀ ਵਾਰ ਦੇਖਿਆ, ਮੇਰਾ ਵੀ ਬੜਾ 97 ਤੋਂ ਮੈਂ ਰਾਜਨੀਤੀ 'ਚ ਹਾਂ ਐਕਸਪੀਰੀਅੰਸ ਹੈ ਅਲੱਗ ਅਲੱਗ ਸਰਕਾਰਾਂ 'ਚ ਕੰਮ ਕੀਤਾ ਆ ਕਿ ਇੱਕ ਅਸੀਂ ਕਹਾਵਤ ਸੁਣਦੇ ਹੁੰਦੇ ਸੀਗੇ ਕਿ ਜਿਸ ਡਾਲੀ 'ਤੇ ਬੈਠਾ ਬੰਦਾ ਉਸ ਡਾਲੀ ਨੂੰ ਕੱਟ ਰਿਹਾ। ਇਹ ਪੰਜਾਬ ਸਰਕਾਰ 'ਤੇ ਲਾਗੂ ਹੁੰਦੀ ਹੈ ਵੀ ਜਿਹੜਾ ਇਕਨੋਮਿਕ ਰੀੜ ਦੀ ਹੱਡੀ ਹੈ ਸਾਡੀ ਕਿਸਾਨ ਉਹਨਾਂ ਨੂੰ ਹੀ ਨੁਕਸਾਨ ਪਹੁੰਚਾ ਕੇ ਉਹਨਾਂ ਨੂੰ ਹੀ ਐਜੀਟੇਸ਼ਨ 'ਤੇ ਬਿਠਾ ਕੇ ਇਹ ਸਰਕਾਰ ਜਿਹੜੀ ਹੈ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇਖੋ ਇੱਦਾਂ ਕਰੋ ਤੁਸੀਂ, ਜੇ ਇਹ ਗੱਲ ਹੁੰਦੀ ਤਾਂ ਕਿਸਾਨ ਧਰਨੇ 'ਤੇ ਕਿਉਂ ਬੈਠਦਾ? ਫਿਰ ਤੁਸੀਂ ਵੀ ਬੜੇ ਹਾਈਲਾਈਟ ਕਰਦੇ ਇਸ ਗੱਲ ਨੂੰ, ਦੇਖੋ ਜੀ ਕਿਹਨਾਂ ਨੇ ਕਰਤੀ, ਪਰ ਡਿਲੇ ਕਿੰਨਾ ਹੋ ਗਿਆ ਵੀ ਦੇਖੋ ਨਾ। ਇਸ ਕਾਰਨ ਜਿਹੜੀ ਫਸਲ, ਮੈਂ ਅਗਲੀ ਗੱਲ ਕਰ ਰਿਹਾ ਨਾਲ, ਜੇ ਇਹ ਟਾਈਮ ਸਿਰ ਚੁੱਕ ਹੋ ਜਾਂਦੀ ਕਿਸਾਨ ਆਪਣੇ ਖੇਤਾਂ ਜਾ ਕੇ ਆਪਣੀ ਦੂਜੀ ਫਸਲ ਬੀਜਣ ਦੀ ਤਿਆਰੀ ਜਿਹੜੀ ਹੈ ਉਹ ਕਰਦਾ। ਇੱਕ ਗੱਲ ਹੋਰ ਦੱਸਦਾ ਤੁਹਾਨੂੰ ਮੈਂ, ਇਹ ਸਮੇਂ ਇੱਕ ਵਾਰੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਵੀ ਆਇਆ ਸੀਗਾ ਜਦੋਂ ਗੰਨੇ ਦੀਆਂ ਮਿੱਲਾਂ ਬੰਦ ਹੋ ਗਈਆਂ ਸੀ ਪੰਜਾਬ 'ਚ। ਉਦੋਂ ਕੀ ਸੀ? ਉਦੋਂ ਸਰਕਾਰ ਨੇ 240 ਰੁਪਏ ਕੁਇੰਟਲ ਰੇਟ ਰੱਖਤਾ, ਮਿੱਲ ਵਾਲੇ ਕਹਿੰਦੇ ਅਸੀਂ 190 ਤੋਂ ਵੱਧ ਦੇ ਨਹੀਂ ਸਕਦੇ, ਕਿਸਾਨ ਕਹਿੰਦਾ ਅਸੀਂ 240 ਤੋਂ ਘੱਟ ਖਰੀਦਣਾ ਨਹੀਂ। ਉਹਦੇ ਵਿੱਚ ਸਰਕਾਰ ਨੇ ਵਾਇਆ ਮੀਡੀਆ ਕੱਢਿਆ ਸੀ ਵੀ ਤੁਸੀਂ 190 ਦਿਓ, 50 ਰੁਪਏ ਕੁਇੰਟਲ ਸਰਕਾਰ ਦੇਗੀ। ਸਰਕਾਰਾਂ ਹੁੰਦੀਆਂ ਕਹਿੰਦੇ ਵਾਸਤੇ ਆ, ਤਕਲੀਫ ਦੇਣ ਵਾਸਤੇ ਹੁੰਦੀਆਂ ਜਾਂ ਲੋਕਾਂ ਦੀ ਤਕਲੀਫ ਹੱਲ ਕਰਨ ਵਾਸਤੇ ਹੁੰਦੀਆਂ? ਇਹ ਵੀ ਕਿਤੇ ਕਮੀ ਲੱਗਦੀ ਸੀ ਤਾਂ ਔਫਰ ਕਰਦੇ ਨਾ, ਇੰਨਾ ਪੈਸਾ ਆਇਆ ਕੇਂਦਰ ਵੱਲੋਂ ਕਿ ਅਸੀਂ ਕੰਟਰੀਬਿਊਟ ਕਰਦੇ ਹਾਂ ਤਾਂ ਕਿ ਤੁਹਾਡੀ ਫਸਲ ਜਿਹੜੀ ਹੈ ਉਹ ਟਾਈਮ ਸਿਰ ਜਿਹੜੀ ਹੈ ਉਹ ਮਿੱਲਾਂ 'ਚ ਪਹੁੰਚ ਜਾਏ ਔਰ ਚੌਲ ਬਣ ਕੇ ਉਹ ਕੇਂਦਰ ਦੇ ਭੰਡਾਰ 'ਚ। ਜਿਹੜਾ ਚੌਲ ਪਹਿਲਾਂ ਪਿਆ ਹੈਗਾ ਭੰਡਾਰ ਭਰੇ ਪਏ ਆ ਉਹ ਕੇਂਦਰ ਨੇ ਨਹੀਂ ਚੁੱਕਿਆ, ਬਹੁਤ ਘੱਟ ਮਾਤਰਾ ਦੇ ਵਿੱਚ ਚੁੱਕਿਆ, ਉਸ ਤੋਂ ਬਾਅਦ ਜਿਹੜਾ ਐਕਸਪੋਰਟ ਆ ਉਹ ਬਹੁਤ ਲੇਟ ਖੁੱਲਿਆ। ਦੇਖੋ ਇਸ ਕੰਟਰੋਵਰਸੀ ਮੈਂ ਇਸ ਕਰਕੇ ਨਹੀਂ ਜਾਣਾ ਚਾਹੁੰਦਾ, ਉਹਦਾ ਬਹੁਤ ਵੱਡਾ ਕਾਰਨ ਰਿਹਾ ਰੇਲ ਅੰਦੋਲਨ ਵੀ ਰਹੇ ਨੇ। ਇਸ ਕਰਕੇ ਮੈਂ ਇਸ ਵੇਲੇ ਸਿਰਫ ਮੈਂ ਕਿਸੇ ਕੋਈ ਜ਼ਿੰਮੇਵਾਰੀ ਨਹੀਂ ਹੈ, ਸਿਰਫ ਜ਼ਿੰਮੇਵਾਰ ਅੱਜ ਦੀ ਸਰਕਾਰ ਹੈ ਹਰ ਗੱਲ ਵਾਸਤੇ, ਕਿਉਂਕਿ ਸਰਕਾਰਾਂ ਹੁੰਦੀਆਂ ਕਾਹਦੇ ਵਾਸਤੇ ਆ? ਸਰਕਾਰਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਹੁੰਦੀਆਂ। ਦੇਖੋ ਇੱਕ ਚੀਜ਼ ਆਪਾਂ ਦੇਖ ਲਈਏ, 4 ਕੰਪੋਨੈਂਟ ਹੁੰਦੇ ਨੇ ਜਦੋਂ ਅਸੀਂ ਪ੍ਰੋਕਿਓਰ ਕਰਦੇ ਹਾਂ, 4-5 ਕੰਪੋਨੈਂਟ, 4 ਪੰਜਾਬ ਸਰਕਾਰ ਨੇ, ਇੱਕ ਕੇਂਦਰ ਸਰਕਾਰ ਦਾ ਆ। 20% ਪੈੜੀ ਜਿਹੜੀ ਹੈ ਨਾ ਉਹ ਕੌਣ ਚੱਕਦਾ? FCI। 60% ਪੈੜੀ ਜਿਹੜੀ ਹੈ, 80% ਪੈੜੀ ਜਿਹੜੀ ਹੈ ਉਹ ਮਾਰਕਫੈਟ, ਪਨਗਰੇਮ,
वेयर हाउस पंसअप वह चकते हैं। हुण जे तुसी पंजाब सरकार नूं पुछो भी थोड़ी एजेंसियां गईयां कित्थे आ, जद पैसा आ गया जदों पता कि पैड़ी आने वाली है उस तो पहला बहुत अरेंजमेंट करने पैंदे ने। तुसी जे जाओगे ना मंडियां च गए होने तुहाडे साथी, इस वेले किसान नूं गनी बैग भी नहीं मिल रहा, जिन्हें बोरिया च पाना वह भी नहीं मिल रहा, बारदाना नहीं मिल रहा। बारदाना खरीदने वास्ते भी केंद्र सरकार ने पैसे दिते हुए ने, इहदे विच ही इस पैकेज से हुंदा, इस करके ये अपनी जिम्मेवारी तो नहीं पछ सकते। मैं एक सेकंड क्लियर कर दी, तुसी क्या कि चौल जड़े ने सरकार कह रही है भी चौल नहीं चक रही सेंट्रल सरकार, इस करके साडे कोल जगह नहीं। तुहानू सारयां नू पता होगा भी असीं भी जिमीदार हाँ, जिमीदारा नाल ही थोड़ा विवाह पैंदा है कि चौल जड़ा है वह कवर्ड गडाउन दे विच लगदा, ओपन च नहीं लगदा गा। जदों पैड़ी हुंदा है वह ओपन प्लिंथां ते लगदा है, शैलरां दे विच लगदा है। जदों पहला जड़ा चौल बन चुका है उहदी थां ते जिथे पैड़ी चक्या गया है वह पैड़ी दीआं जगह खाली पईआं ने, इस वेले ये क्यों नहीं उत्थे पैड़ी रख देंगे। पैड़ी नूं गडाउन च नहीं रखना बेटा, पैड़ी नूं ओपन च शैलरां दे विच उत्थे स्टॉक उत्थे स्टैकिंग हुंदी है, जदों उहदा चौल बन जाएगा फिर गडाउनां च जाएगा। पर इस वेले साडे गडाउन भी खाली ने और जिहड़े शैलर दे जिथे जिहड़ियां ओपन स्पेसिस ने वह भी खाली ने। जिम्मेदारी होंदी है गनी बैग्स दा, जिवें इन्हां ने कहा बारदाने दा प्रबंध करना, कॉन्ट्रैक्टर दा प्रबंध करना, ठेके देने, टेंडर देने, चौल बनिया गडाउना दे विच पिया। चलो मैं एक गल समझो छोटी जी गल, एक मिनट एक मिनट एक मिनट एक मिनट एक मिनट एक मिनट जगह भी है तुसी कहने हो चौल सॉरी झोना लाउण दे लई पैसे भी आ गए, फिर ऐसी की दिक्कत है कि मिस मैनेजमेंट नीयत नीयत उन्हां नूं पुछो ना, उन्हां नूं गल दस्सा, मैं होर गल दस्सा, असीं थोड़ा दसना उन्हां नूं पुछो सीधा। मैं मैनूं इह लगदा है कि आम आदमी पार्टी कम्मा पहलां ही बड़े तरीके दे नाल पार्लियामेंट सीटां हार ਉਹ ਇੱਕ ਪੰਜਾਬੀਆਂ ਔਰ ਕਿਸਾਨਾਂ ਦੇ ਕੋਲੋਂ ਇੱਕ ਬਦਲਾ ਲੈਣਾ ਚਾਹੁੰਦੇ, ਜਿਹਦੇ 'ਚ ਸਾਡੇ ਮੋਢੇ 'ਤੇ ਬੰਦੂਕ ਰੱਖਣਾ ਚਾਹੁੰਦੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਲੋਕ ਸਿਆਣੇ ਨੇ, ਲੋਕਾਂ ਨੂੰ ਸਮਝ ਹੈਗੀ। ਹੋਰ ਕੋਈ ਇਹਦੇ 'ਚ ਚੱਕਰ ਵੀ ਮੈਨੂੰ ਨਜ਼ਰ ਆ ਰਿਹਾ। ਲੇਕਿਨ ਇਹਦੇ 'ਚ ਪ੍ਰਤਾਪ ਸਿੰਘ ਬਾਜਵਾ ਕੱਲ੍ਹ ਕਹਿੰਦੇ ਵੀ ਇਹ ਦੋਨਾਂ ਦੀ ਆਪਸੀ ਸਾਜਿਸ਼ ਹੈ, ਆਮ ਆਦਮੀ ਪਾਰਟੀ ਔਰ ਬੀਜੇਪੀ ਦੀ, ਇਹ ਪੰਜਾਬ ਨੂੰ ਜਾਣ ਕੇ ਇਸ ਸਥਿਤੀ 'ਤੇ ਲਿਆਉਣਾ ਚਾਹੁੰਦੇ ਔਰ ਬਾਅਦ 'ਚੋਂ ਭਲੇ ਬਣ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ 'ਚੋਂ ਉਤਾਰ ਦਿੱਤਾ। ਦੇਖੋ ਕੈਪਟਨ ਅਮਰਿੰਦਰ ਸਿੰਘ ਆਪ ਕਿਸਾਨਾਂ ਦੇ ਹਮਦਰਦੀ ਰਹੇ ਨੇ, ਹਮੇਸ਼ਾ ਕਿਸਾਨਾਂ ਦੇ ਹਮਦਰਦੀ ਰਹੇ ਨੇ। ਜਦੋਂ ਚੀਫ ਮਿਨਿਸਟਰ ਸੀਗੇ ਇੱਕ ਵੀ ਕ੍ਰੋਪ ਵੇਲੇ ਮੈਨੂੰ ਦੱਸ ਦਿਓ ਜੇ ਕਿਤੇ ਇਹੋ ਜਿਹਾ ਹਲਚਲ ਮਚਿਆ ਹੋਵੇ। ਸੋ ਉਹ ਉਸ ਦਰ ਦੇ ਬਚਾਓ, ਉਹ ਇਸ ਕਰਕੇ ਮੰਡੀ ਚ ਜਾ ਕੇ ਦੇਖਣ ਗਏ ਸੀ, ਫਸਟ ਹੈਂਡ ਇਨਫੋਰਮੇਸ਼ਨ ਲੈਣ ਗਏ ਸੀ ਕੈਪਟਨ ਸਾਹਿਬ ਕਿ ਸਾਨੂੰ ਉਹਦਾ ਕੀ ਜਾਇਜ਼ਾ ਲੈਣਾ ਚਾਹੀਦਾ, ਕੀ ਗੱਲ ਕਰਨੀ ਚਾਹੀਦੀ। ਲੇਕਿਨ ਇਹ ਸਾਫ਼ ਤੌਰ ਤੇ ਇਹ ਹੈਗਾ ਕਿ ਮਿਸਮੈਨੇਜਮੈਂਟ, ਇਨਐਕਸਪੀਰੀਅੰਸ ਆਫ ਦੀ ਪ੍ਰੈਜੈਂਟ ਗਵਰਨਮੈਂਟ ਐਂਡ ਟੋਟਲ ਫੇਲਿਅਰ ਆਫ ਦੀ ਪ੍ਰੈਜੈਂਟ ਗਵਰਨਮੈਂਟ ਇਜ਼ ਐਟ ਦਿਸ ਮੋਮੈਂਟ ਇੰਟੈਂਸ਼ਨ ਆਲਸੋ ਇੰਟੈਂਸ਼ਨ ਅਨਇੰਟੈਂਸ਼ਨ ਟੂ ਬਲੇਮ ਦੈਟ ਥੈਂਕ ਯੂ ਧੰਨਵਾਦ ਇੱਕ ਮਿੰਟ ਮੈਂ ਜਾਂ ਤੁਸੀਂ ਗੱਲ ਕਹੀ ਹੈ ਨਾ ਮੈਂ ਛੋਟੀ ਜਿਹੀ ਕਲਿੰਚ ਕਰਨ ਲੱਗਾ ਗੱਲ ਨੂੰ। ਕੱਲ੍ਹ ਇੱਕ ਡਰਾਮਾ ਕੀਤਾ ਇਹਨਾਂ ਨੇ ਮਾਨ ਸਾਹਿਬ ਨੇ, ਆਪਣੀ ਸਾਰੀ ਟੀਮ ਲੈ ਕੇ ਚਲੇ ਗਈ ਕਿਉਂ ਗਏ ਨੱਡਾ ਸਾਹਿਬ ਕੋਲ ਕਿ DAP ਦੇ ਦਿਓ, ਜਾਂਦੇ ਨਾ ਫੂਡ ਮਿਨਿਸਟਰ ਕੋਲ, ਉਹ ਕੋ ਕਿਉਂ ਨਹੀਂ ਗਏ? ਉਹਨਾਂ ਨੇ ਚਿੱਠੀ ਰੱਖ ਦੇਣੀ ਸੀ, ਆ ਦੇਖੋ ਤੁਹਾਨੂੰ ਹੈ ਇੰਨੇ ਪੈਸੇ ਭੇਜ ਸਕੋ, ਕਿੱਥੇ ਖਰਚੇ ਆ? ਉਹ ਡਰਦੇ ਮਾਰੇ ਉੱਥੇ ਨਹੀਂ ਗਏ ਵੀ ਮੈਨੂੰ ਐਕਸਪਲੇਨੇਸ਼ਨ ਕੀ ਦਊਂਗਾ ਮੈਂ, ਇਹ ਉਹਨਾਂ ਦੀ ਨੀਅਤ ਹੈ।